अभी सुन रहे हो चावला न्यूज नेटवर्क टोरंटो CNN टोरंटो। सरदार साहब वेलकम जी, आनु स्वागत है, सत श्री अकाल। शुक्रिया जी, मेरे वालों भी आप जी सारे श्रोतियों के दर्शकों नु सत श्री अकाल जी। जो हालात ने इस वक्त चप्पे चप्पे दे उत्ते, क्योंकि आपां उस समां वेख्या जदों फौज दे हवाले पंजाब सीगा, ਜਦੋਂ ਫਲੈਗ ਮਾਰਚ ਹੁੰਦੇ ਨੇ ਉਹ ਜ਼ਿਆਦਾ ਹੋ ਜਾਂਦੀਆਂ ਨੇ ਤਾਜ਼ੀਆਂ। ਹਾਂਜੀ, ਅੰਮ੍ਰਿਤਸਰ ਤੋਂ ਫਤਿਹਾਬਾਦ ਜਾਣਾ ਅਤੇ 8-9 ਵਾਰੀ ਤਲਾਸ਼ੀ ਹੋਣੀ, ਉਹ ਤਲਾਸ਼ੀ ਵੀ ਇੰਨੀ ਭੈੜੀ ਹੋਣੀ, ਬੰਦੇ ਹੀ ਜਨਾਨੀਆਂ ਦੀ ਤਲਾਸ਼ੀ ਲੈਂਦੇ ਸੀ ਫੌਜ ਵਾਲੇ, ਤੁਹਾਨੂੰ ਯਾਦ ਹੋਊਗਾ। ਹਾਂਜੀ, ਕੋਈ ਲੇਡੀਜ਼ ਪੰਜਾਬ ਪੁਲਿਸ ਦੇ ਵਿੱਚ ਵੀ ਨਹੀਂ ਹੁੰਦੀ ਸੀ, ਸਾਡੀਆਂ ਔਰਤਾਂ ਦੀਆਂ ਤਲਾਸ਼ੀਆਂ। ਆ ਸਾਡੇ ਜਿਹੜੇ ਅਣਖੀ ਲੋਕ ਨੇ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ, ਜਿਹੜੇ ਅਣਖੀ ਅਤੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਔਰਤਾਂ ਦੀਆਂ ਤਲਾਸ਼ੀਆਂ ਵੀ, ਭੈਣਾਂ ਦੀਆਂ ਤਲਾਸ਼ੀਆਂ, ਭਰਾਵਾਂ ਦੇ ਸਾਹਮਣੇ, ਪਿਓ ਦੇ ਸਾਹਮਣੇ, ਧੀਆਂ ਦੀਆਂ ਤਲਾਸ਼ੀਆਂ ਫੌਜ ਵਾਲੇ ਅਸੀਂ ਆਪਣੀਆਂ ਅੱਖਾਂ ਨਾਲ ਲੈਂਦੇ ਵੇਖੇ ਨੇ। ਆਣਖੀ ਜਿਹੜੇ ਮਹੰਤ ਨਰੈਣੂ ਦੀ ਔਲਾਦ, ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਅਤੇ ਡੋਗਰੇ ਭਰਾਵਾਂ ਨੂੰ ਵੀ ਦੱਸਣਾ ਚਾਹੁੰਦੇ ਹਾਂ। ਪਰ ਡੋਗਰਿਆਂ ਨੂੰ ਤਾਂ ਫਰਕ ਹੀ ਕੋਈ ਨਹੀਂ ਨਾ ਪੈਂਦਾ, ਅਤੇ ਨਰੈਣੂ ਨੂੰ ਕੀ ਫਰਕ ਪੈਣਾ ਉਹਦੀ ਔਲਾਦ ਨੂੰ, ਤੂੰ ਤਾਂ ਕੰਮ ਹੀ ਉਹੋ ਜਿਹਾ। ਇਹ ਹਾਲਾਤ ਰਹੇ ਨੇ ਉਦੋਂ, ਮਾੜਾ ਮਾੜਾ ਜਿਹਾ ਮੁੰਡਾ ਅੱਗੋਂ ਬੋਲਦਾ ਸੀ ਅਤੇ ਚੱਕ ਕੇ ਮੋਢੇ ਮੂੰਹ ਸੁੱਟਿਆ ਜਾਂਦਾ ਸੀ। ਇਹ ਹਾਲਾਤ ਵੇਖ ਕੇ ਥੋੜ੍ਹਾ ਦਿਲ ਜਿਹਾ ਡਰਦਾ। ਕੀ ਕਹਿਣਾ ਚਾਹੋਗੇ ਹਾਲਾਤਾਂ ਬਾਰੇ ਪਹਿਲਾਂ, ਫਿਰ ਆਪਾਂ ਅੱਗੇ ਵੱਧਦੇ। ਦੇਖੋ, ਪਹਿਲੀ ਗੱਲ ਤੇ ਜਿਹੜੇ ਪੰਜਾਬ ਦੇ ਹਾਲਾਤ ਆ, ਇੱਕ ਜਿੱਤ ਬੜੀ ਵੱਡੀ ਪ੍ਰਾਪਤ ਕੀਤੀ ਸੀ ਪੰਜਾਬ ਦੇ, ਖਾਸ ਕਰਕੇ ਕਿਸਾਨਾਂ ਨੇ, ਜਿਹੜੀ ਕਿਸਾਨ ਮੋਰਚਾ ਲਾ ਕੇ 3 ਕਾਨੂੰਨ ਵਾਪਸ ਕਰਾਏ ਸੀ ਜੀ। ਕੇਂਦਰ ਨੂੰ ਉਹ ਹਜਮ ਨਹੀਂ ਹੋ ਰਿਹਾ ਇਸ ਜਿੱਤ ਨੂੰ, ਉਹ ਚਾਹੁੰਦੇ ਸੀ ਪੰਜਾਬ ਨੂੰ ਕਿਸੇ ਬਲਦੀ ਦੇ ਬੁੱਥੇ ਸੁੱਟ ਕੇ ਉਹ ਬਦਲਾ ਤੇ ਕਿਸੇ ਤਰੀਕੇ ਨਾਲ ਜਾਜਦਾ ਸੀ। ਜੇ ਅਸੀਂ ਇਸ ਗੱਲ ਨੂੰ ਕਹਿ ਲਈਏ, ਕੋਈ ਅਤਕਥਨੀ ਨਹੀਂ ਹੋਗੀ, ਕੁਝ ਅਖਬਾਰਾਂ ਨੇ ਲਿਖਿਆ ਵੀ ਹੈਗਾ। ਪੰਜਾਬ ਦੇ ਵਿੱਚ ਤੁਸੀਂ ਕਹਿ ਦਿੱਤਾ ਵੀ ਇਸ ਤਾਂ ਹਾਲਾਤ ਖਰਾਬ, ਤੇ ਇਹੋ ਕੰਮ ਜੋ ਮਹਾਰਾਸ਼ਟਰ ਜਾ ਕੇ ਤੁਹਾਡੇ ਹਿੰਦੂ ਵੀਰ ਕਰਨ, ਮੁਸਲਮਾਨਾਂ ਨੂੰ ਗਾਲਾਂ ਕੱਢਣ, ਉਹਨਾਂ ਦੇ ਖਿਲਾਫ ਮਜ਼ਾਰੇ ਕਰਨ, ਉਹਨਾਂ ਦੇ ਖਿਲਾਫ ਬਕਾਇਦਾ ਤੌਰ ਤੇ ਉੱਥੇ ਸਾਜ਼ਿਸ਼ਾਂ ਰਚਣ, ਉੱਥੇ ਕੋਈ ਕਾਰਵਾਈ ਨਹੀਂ। ਤੇ ਪੰਜਾਬ ਦੇ ਵਿੱਚ ਇੱਕ ਅੰਮ੍ਰਿਤਪਾਲ ਨੂੰ ਫੰਡ ਵਾਸਤੇ 8 ਟੀਮਾਂ NIA ਦੀਆਂ ਆ ਗਈਆਂ, 458 ਟਿਕਾਣਿਆਂ ਤੇ ਛਾਪੇ ਮਾਰੇ, ਜਿਹਨੂੰ ਕੈਟਾਗਰੀ ਕਰ ਲਿਆ ਵੀ ਏ ਕੈਟਾਗਰੀ, ਬੀ ਕੈਟਾਗਰੀ, ਸੀ ਕੈਟਾਗਰੀ। 18 ਕੰਪਨੀਆਂ ਪਹਿਲਾਂ ਆ ਗਈਆਂ ਤੇ 20 ਕੰਪਨੀਆਂ ਹੋਰ ਆ ਰਹੀਆਂ ਵਾ। ਹੁਣ ਸਾਡੇ ਨੌਜਵਾਨਾਂ ਦਾ ਕਾਣ ਕਰਨ ਦਾ ਮਨਸੂਬਾ ਬਣਾਇਆ ਜਾ ਰਿਹਾ ਵੀ ਜਿਹੜਾ ਅੰਮ੍ਰਿਤਪਾਲ ਦੀ ਆੜ ਹੇਠ। ਪਹਿਲੀ ਗੱਲ ਤੇ ਆ ਵੀ ਅੰਮ੍ਰਿਤਪਾਲ ਨੂੰ ਤੁਸੀਂ ਪੇਸ਼ ਕਿਉਂ ਨਹੀਂ ਕਰ ਰਹੇ ਅਦਾਲਤ ਦੇ ਵਿੱਚ, ਕਰੋ ਪੇਸ਼। ਜੇ ਤੁਹਾਡੀਆਂ 100 ਗੱਡੀਆਂ ਦੇ ਕੋਲੋਂ ਵੀ ਇੱਕ ਬਬੂਲੀ ਬੰਦਾ ਭੱਜ ਜਾਵੇ 2 ਮਿੰਟ ਦੇ ਵਿੱਚ ਅੱਖ ਦੇ ਫੇਰ ਨਾਲ, ਤੇ ਫਿਰ ਤੇ ਮੈਂ ਸੋਚਦਾ ਵੀ ਸਾਡੀ ਪੰਜਾਬ ਪੁਲਿਸ ਨੂੰ ਭੰਗ ਹੀ ਕੱਢਣਾ ਚਾਹੀਦਾ। ਕੀ ਲੋੜ ਉਹਦੀ? ਬੜੇ ਹੁੱਬ ਹੁੱਬ ਕੇ ਸਾਡੇ ਪੁਲਿਸ ਅਫਸਰ ਕਹਿੰਦੇ ਨੇ ਜੀ ਉਹ ਭੱਜ ਗਿਆ ਜੀ, ਉਹ ਭੱਜ ਗਿਆ ਜੀ। ਭੱਜ ਕੇ ਲੁੱਕ ਕਿੱਥੇ ਗਿਆ? ਉਹ ਜਿਸ ਇਲਾਕੇ ਦੇ ਵਿੱਚ ਗਿਆ ਸੀ ਜਿੱਥੋਂ ਤੋਂ ਭੱਜਣ ਦੀ ਗੱਲ ਕਰਦੇ, ਉਸ ਇਲਾਕੇ ਦਾ ਭੇਤੀ ਨਹੀਂ ਸੀ ਅਗਲਾ। ਆਪਣੇ ਪਿੰਡ ਦੀਆਂ ਗਲੀਆਂ ਦਾ ਬੰਦਾ ਭੇਤੀ ਹੁੰਦਾ, ਕਿਤੇ ਉੱਥੇ ਵੀ ਫਸ ਜਾਂਦਾ ਜਿੱਥੇ ਪਤਾ ਵੀ ਕੋਈ ਨੀ ਜਾਣਾ ਕਿਹੜੇ ਪਾਸੇ ਆ। ਉੱਥੇ ਤੁਸੀਂ ਕਿਵੇਂ ਕਹਿੰਦੇ ਭੱਜ ਗਿਆ? ਉਹ ਵੀ ਸਕੂਟਰੀ ਤੇ। ਪਹਿਲੀ ਗੱਲ ਤੇ ਉਹਨੂੰ, ਉਹ ਵੀ ਸਕੂਟਰੀ ਤੇ, ਬਿੱਟੂ ਦੇ ਕਹਿਣ ਦੇ ਮੁਤਾਬਕ ਬਿਲਕੁਲ ਠੀਕ ਗੱਲ। ਉਹ ਕਹਿੰਦਾ ਵੀ ਉਹ ਪਲਟੀਨਾ ਤੇ ਭੱਜਾ ਸੀ, ਜਿਹੜਾ ਗੁਰੂ ਸੀ ਦੀਪ ਸਿੱਧੂ, ਤੇ ਇਹ ਸਕੂਟਰੀ ਤੇ ਭੱਜਾ। ਉਹਨੇ ਤੇ ਗਿੱਦੜ ਤੱਕ ਗਿਆ, ਆਪਣੇ ਸ਼ੇਰ ਖੋਲ ਲਿਆ, ਗਿੱਦੜ ਤੱਕ ਗਿਆ। ਜਿਹੜੀ ਗੱਲ ਤੁਸੀਂ ਕਹੀ ਹੈ ਚਾਵਲਾ ਸਾਹਿਬ, ਬਿਲਕੁਲ ਦਰੁਸਤ ਕਹੀ ਵੀ ਉਸ ਟਾਈਮ ਦੇ ਉੱਤੇ ਜੋ ਹਸ਼ਰ ਸੀਗਾ, ਜੋ ਸਿਕਿਉਰਿਟੀ ਫੋਰਸਿਸ ਕਰਦੀਆਂ ਸੀਗੀਆਂ, 1947 ਤੋਂ ਬਾਅਦ ਜਿੰਨੇ ਵੀ ਕਾਨੂੰਨ, ਜਿੰਨੇ ਵੀ ਤਸ਼ੱਦਦ, ਜਿੰਨੀਆਂ ਵੀ ਨਵੀਆਂ ਪ੍ਰਯੋਗਸ਼ਾਲਾ ਸਾਰੀਆਂ ਪੰਜਾਬ ਚ ਪਹਿਲਾਂ ਵਰਤੀਆਂ ਗਈਆਂ, ਪੰਜਾਬ ਚ ਵਰਤਣ ਤੋਂ ਬਾਅਦ ਬਾਕੀ ਜਗ੍ਹਾ ਤੇ ਗਈਆਂ। ਬਿਲਕੁਲ, ਅਫਸਵਾ ਆਰਮਡ ਫੋਰਸ ਸਪੈਸ਼ਲ ਜਿਹੜਾ ਕਾਨੂੰਨ ਸੀਗਾ, ਐਕਟ ਸੀਗਾ, ਉਹ ਪੰਜਾਬ ਚ ਪਹਿਲਾਂ ਲਾਗੂ ਕੀਤਾ ਗਿਆ ਸੀਗਾ। ਲਿਖਤੀ ਪੜਤੀ ਅੱਜ ਵੀ ਪੰਜਾਬ ਜਿਹੜਾ ਗੜਬੜ ਵਾਲਾ ਏਰੀਆ ਵਾ,
ਜਦੋਂ ਕਿ ਪੰਜਾਬ ਸਭ ਤੋਂ ਸ਼ਾਤਰੀ ਹੈ ਬਾਕੀ ਸੂਬਿਆਂ ਦੇ ਮੁਕਾਬਲੇ। ਪਤਾ ਨੀ ਬਾਪੂ ਬਲਕੌਰ ਸਿੰਘ ਨੂੰ ਕਿਵੇਂ ਕਹਿਤੀ ਇੰਨੀ ਗੱਲ ਵੀ ਅਦਿੱਤਿਆਨਾਥ ਜੋਗੀ ਨੂੰ ਇੱਥੇ ਆਉਣਾ ਚਾਹੀਦਾ ਆ ਗੈਂਗਸਟਰਾਂ ਨਾਲ ਨਿਪਟਣ ਲਈ। ਕਿੰਨੇ ਕੁ ਗੈਂਗਸਟਰ ਫੜ ਲਏ ਉਹਨਾਂ ਨੇ, ਕਿੰਨੇ ਕੁ ਮਾਰਤੇ, ਸਾਨੂੰ ਨੀ ਇਸ ਗੱਲ ਦਾ ਪਤਾ। ਲੇਕਿਨ ਪੰਜਾਬ ਦੇ ਵਿੱਚ ਜੋ ਹਾਲਾਤ ਕ੍ਰੀਏਟ ਕੀਤੇ ਜਾ ਹੈਗੇ ਨੀ ਗੇ, ਕ੍ਰੀਏਟ ਕੀਤੇ ਜਾ ਰਹੇ ਜਾਣ ਬੁੱਝ ਕੇ। ਜਿਹੜੇ ਨੌਜਵਾਨ ਵਿਚਾਰੇ ਰਹਿ ਗਏ ਨੇ ਇੱਥੇ, ਕੁਛ ਕੁ ਨੂੰ ਅੰਦਰ ਭੇਜਿਆ ਜਾਊਗਾ, ਕੁਛ ਕੁ ਉੱਤੇ ਮੁਕੱਦਮੇ ਦਰਜ ਕੀਤੇ ਜਾਣਗੇ। NSA ਕੀ ਹੁੰਦੀ ਹੈ? NSA ਦੇ ਵਿੱਚ ਤੁਸੀਂ ਬਿਨਾਂ ਕੋਈ ਚਲਾਣ ਪੇਸ਼ ਕੀਤਿਆਂ, ਬਿਨਾਂ ਕੋਈ ਕੇਸ ਦਰਜ ਕੀਤਿਆਂ ਕਿਸੇ ਵੀ ਵਿਅਕਤੀ ਨੂੰ 1 ਸਾਲ ਤੱਕ ਤੁਸੀਂ ਜੇਲ੍ਹ 'ਚ ਰੱਖ ਸਕਦੇ। 3 ਮਹੀਨੇ ਬਾਅਦ ਤੁਹਾਨੂੰ ਇੱਕ ਜਿਹੜੀ ਤੇ ਬੋਰਡ ਹੁੰਦਾ, ਐਡਵਾਈਜ਼ਰੀ ਬੋਰਡ, ਉਹਦੇ ਸਾਹਮਣੇ ਪੇਸ਼ ਹੁੰਦੇ ਆ ਤੇ ਐਡਵਾਈਜ਼ਰੀ ਬੋਰਡ ਤੇ ਉਹਨਾਂ ਦਾ ਇਹ ਲਿਖ ਕੇ ਦੇਣਾ ਵਾਕਈ ਇਹ ਖਤਰਨਾਕ ਜਿਹੀ ਬਾਹਰ ਆਉਣ ਦੀ ਲੋੜ ਨਹੀਂ ਹੈ। 1 ਸਾਲ ਜਿਹਦੀ ਉਗ ਸੁੱਗ ਨਹੀਂ ਲੱਗਣੀ, ਜੇਲ੍ਹ 'ਚ ਸੁੱਟ ਦਿਓ ਮਰਨ ਵਾਸਤੇ, ਗਲਣ ਵਾਸਤੇ, ਸੜਨ ਵਾਸਤੇ। ਜਿਹੜੇ ਸਾਡੇ ਗੈਂਗਸ ਨੇ ਉਹਨਾਂ ਬਾਰੇ ਕਈਆਂ ਨੇ ਮੇਰੀ ਮੰਗ ਕੀਤੀ ਹੈ, ਭਾਈ ਇਹਨਾਂ ਨੂੰ ਸਾਊਥ ਦੀ ਜ਼ਿਲ੍ਹਾ 'ਚ ਭੇਜੋ, ਪਤਾ ਲੱਗੇ ਇਹਨਾਂ ਨੂੰ। ਉਹ ਨਹੀਂ ਭੇਜੇ, ਅੰਮ੍ਰਿਤਪਾਲ ਦੇ ਸਾਥੀ ਜਿਹੜੇ ਉਹ ਬਾਹਰਲੀਆਂ ਜੇਲ੍ਹਾਂ 'ਚ ਭੇਜੇ ਜਾ ਰਹੇ, ਪੰਜਾਬ 'ਚ ਰੱਖਿਆ ਨਹੀਂ ਜਾ ਸਕਦਾ। ਕੀ ਕਰੂਗਾ ਬੰਦਾ ਉੱਥੇ? ਜਿਹੜੀ ਗੱਲ ਅਸੀਂ ਕਹਿੰਦੇ ਸੀ ਨਾ, ਮੈਂ ਕੱਲ ਵੀ ਗੱਲ ਕੀਤੀ ਸੀਗੀ, ਉਹਦੀ ਪੁਸ਼ਟੀ ਕਰਤੀ ਅੱਜ ਜਗਬਾਣੀ ਪੰਜਾਬ ਕੇਸਰੀ ਨੇ। ਉਹਨੇ ਇੰਨੀ ਗੱਲ ਆਪਣੇ ਇੱਕ ਨਜ਼ਰੀਆ 'ਚ ਲਿਖਿਆ ਵਾ ਵੀ ਭਗਵੰਤ ਮਾਨ ਹੋਰੀ ਬਿਲਕੁਲ ਕੇਂਦਰ ਸਰਕਾਰ ਨਾਲ ਮਿਲ ਕੇ ਚੱਲੇ ਨੇ। ਇਹੀ ਗੱਲ ਮੈਂ ਕਹਿੰਦਾ ਸੀਗਾ ਵੀ ਮਿਲ ਕੇ ਚੱਲ ਗਏ, ਭਾਵੇਂ ਉਹਨਾਂ ਦੀ ਮਜਬੂਰੀ ਸਮਝ ਲਓ ਤੇ ਭਾਵੇਂ ਉਹਨਾਂ ਦੀ ਲੋੜ ਸਮਝ ਲਓ। 2 ਵਾਰੀ ਮੁਲਾਕਾਤ ਹੋ ਸੀਗੀ ਤੇ ਇਸ ਵੇਲੇ ਗ੍ਰਹਿ ਮੰਤਰੀ ਨਾਲ ਉਹ ਫੋਨ ਦੇ ਉੱਤੇ ਲਿੰਕ 'ਚ ਨੇ। ਕੀ ਆਸ ਕਰਾਂਗੇ ਉਹਨਾਂ ਤੁਸੀਂ? ਅੰਮ੍ਰਿਤਪਾਲ ਨੂੰ ਲਿਆ ਕੌਣ, ਆਇਆ ਕਿਵੇਂ? ਅੱਜ ਇਹ ਕਹਿ ਰਿਹਾ ਜਾਰਜੀਆ ਦੇ ਵਿੱਚ ISI ਨੇ ਇਹਨਾਂ ਦੀ ਟ੍ਰੇਨਿੰਗ ਕੀਤੀ। ਤੇ ਭਾਈ ਜੇ ISI ਦੀ ਤੁਹਾਨੂੰ ਉਦੋਂ ਪਤਾ ਸੀ ਟ੍ਰੇਨਿੰਗ ਕੀਤੀ, ਤੁਸੀਂ ਉਦੋਂ ਕਿਉਂ ਨਾ ਫੜੇ ਵੀ ਤੂੰ ਇੱਥੇ ਨਹੀਂ ਰਹਿ ਸਕਦਾ? ਉਤਰਦਿਆਂ ਹੀ ਫੜ ਲੈਂਦੇ, ਉਤਰਦਿਆਂ ਫੜ ਲੈਂਦੇ ਤੁਸੀਂ। ਇਸ ਕਰਕੇ ਜਿਹੜੀ ਸੀ ਨੈਸ਼ਨਲ ਮੀਡੀਆ ਉਹ ਪੰਜਾਬ ਨੂੰ ਰੱਜ ਕੇ ਬਦਨਾਮ ਕਰੂਗਾ। ਹੁਣ ਰੱਜ ਹੋ ਰਿਹਾ, ਹੋ ਰਿਹਾ, ਉਹ ਕਰ ਰਿਹਾ, ਨੈਸ਼ਨਲ ਮੀਡੀਆ ਵੀ ਕਰ ਰਿਹਾ, ਤੂੰ ਵੀ ਕਰ ਰਿਹਾ। ਗੱਲ ਫਿਰ ਉਹੀ ਆ, ਪੰਜਾਬ ਦੀ ਜਿਹੜੀ ਆ, ਪੰਜਾਬ ਦੇ ਵਿੱਚ 1984 ਤੋਂ ਬਾਅਦ ਜਿਹੜੀ ਕਾਂਗਰਸ ਸਰਕਾਰ ਸੀ ਉਹਨਾਂ ਸਿੱਖਾਂ ਨੂੰ ਕੁੱਟ ਕੇ, ਦਰੜ ਕੇ ਤੇ ਗਲਾਂ 'ਚ ਟੈਰ ਪਾ ਕੇ ਮਾਰ ਕੇ ਤੇ ਚੋਣਾਂ ਜਿੱਤੀਆਂ ਤੇ 434 ਸੀਟ ਦਿੱਤੀਆਂ ਸੀ ਕਾਂਗਰਸ ਨੂੰ। ਉਸੇ ਪੈਟਰਨ ਤੇ ਹੁਣ BJP ਕੰਮ ਕਰ ਰਹੀ ਆ ਵੀ ਖਾਲਿਸਤਾਨ ਦੇ ਨਾਂ ਤੇ ਜਿਹੜਾ ਹਊਆ ਸੀਗਾ ਇਹਨੂੰ ਹੋਰ ਵਧਾਓ, ਨੈਸ਼ਨਲ ਮੀਡੀਆ 'ਚ ਲਿਆਓ ਕਿ ਉਹ ਬਾਕੀ ਸਟੇਟਾਂ 'ਚੋਂ ਅਸੀਂ ਜਿਹੜੀਆਂ ਲੋਕਾਂ ਦੀਆਂ ਵੋਟਾਂ ਲੈ ਸਕੀਏ ਵੀ ਅਸੀਂ ਖਾਲਿਸਤਾਨ ਨੂੰ ਬਿਲਕੁਲ ਨਹੀਂ ਬਖਸ਼ਾਂਗੇ। ਆਹ ਫੜ ਕੇ ਦਿੱਤਾ ਜਾਂਦਾ ਰਹੇ ਸੀ, ਇੰਨੇ ਬੰਦੇ ਦਿੱਤੇ ਜਾਂਦੇ ਰਹੇ ਸੀ, ਲੋਕਾਂ ਨੂੰ ਡਰਾਇਆ ਜਾਊਗਾ, ਧਮਕਾਇਆ ਜਾਊਗਾ, ਲੇਕਿਨ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੋਏਗਾ। ਇਹ ਬੇਸ਼ੱਕ ਜੋ ਮਰਜ਼ੀ ਕਰਨ, ਇਹਨਾਂ ਨੂੰ ਵੇਖਣਾ ਪਊਗਾ। ਪੰਜਾਬ ਦੇਸ਼ ਦੀ ਖੜਕ ਪੁਜਾਵਾ, ਇੱਥੇ ਕੋਈ ਵੀ ਜਿਹੜੀ ਘਟਨਾ ਵਾਪਰਦੀ ਹੈ ਨਾ ਉਹਦਾ ਅਸਰ ਦੁਨੀਆ ਭਰ ਚ ਹੁੰਦਾ ਜੀ, ਵੇਖ ਹੀ ਲਿਆ ਤੁਸੀਂ। ਬਿਲਕੁਲ, ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਵੀ UK ਦੇ ਵਿੱਚ ਤੇ ਅਮਰੀਕਾ ਦੇ ਵਿੱਚ ਤੁਸੀਂ ਜਾ ਕੇ ਉੱਥੇ ਜਿਹੜੀ ਤਿਰੰਗਾ ਸਾੜੋ ਜਾਂ ਬਿਲਕੁਲ ਪਾੜੋ, ਬਿਲਕੁਲ ਹੱਕ 'ਚ ਸ਼ਰੇਆਮ ਨਿਖੇਧੀ ਕਰਦੇ ਹਾਂ, ਅਸੀਂ ਨੌਜਵਾਨਾਂ ਨੂੰ ਕਹਿ ਰਹੇ ਹਾਂ, ਨਿਖੇਧੀ ਕਰਦੇ ਸ਼ਰੇਆਮ ਕਹਿ ਰਿਹਾ ਨੌਜਵਾਨਾਂ ਨੂੰ, ਉਹ ਬਚੋ ਬਚੋ ਬਚੋ, ਇਹਨਾਂ ਭੇਖੀਆਂ ਤੋਂ ਬਚੋ, ਇਹਨਾਂ 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 ਚੌਧਰੀਆਂ ਤੋਂ ਬਚੋ, ਉਹ ਸਿਵਿਆਂ ਤੇ ਨੌਜਵਾਨਾਂ ਤੇ ਇਹ ਕੁਰਸੀਆਂ ਡਾਉਣ ਵਾਲੇ ਜਿਹੜੇ ਇਹਨਾਂ ਤੋਂ ਬਚੋ। ਤੁਸੀਂ ਜਿੰਨਾ ਮਰਜ਼ੀ ਕੰਮ ਕਰ ਲਿਓ, ਤੁਹਾਡੇ ਵਾਸਤੇ ਕਿਤੇ ਕਹਿਣਗੇ ਕਿ ਟਿਕਟ ਦੇ ਦਿਓ ਜੀ, ਆਪਣੇ ਧੀਆਂ ਪੁੱਤਾਂ ਵਾਸਤੇ, ਆਪਣੀ ਚੌਧਰ ਵਾਸਤੇ, ਆਪਣੀ ਆਪਣੀ ਗੋਲਕ ਜਿਹੜੀ ਆ ਉਹ ਭਰਨ ਵਾਸਤੇ, ਘਰ ਦੀ ਗੋਲਕ ਮੈਂ ਕਹਿ ਰਿਹਾ ਉਹਦੀ ਭਰਨ ਵਾਸਤੇ। ਸੋ ਸਾਵਧਾਨ ਰਹੋ, ਸੁਚੇਤ ਰਹੋ, ਵੇਖਿਓ ਆਪ ਤਾਂ ਇਹਨਾਂ ਦੀਆਂ ਤਾਰਾਂ ਬੜੀਆਂ ਵੱਡੀਆਂ ਵੱਡੀਆਂ ਥਾਵਾਂ 'ਤੇ ਜੁੜਦੀਆਂ ਨੇ। ਆਪਾਂ ਕਾਲ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਮਿੰਟ ਆਪਣੇ ਕੋਲ 14-15 ਨੇ, ਦੇਖਦੇ ਹਾਂ ਸਾਡੇ ਕਾਲਰ ਕੀ ਕਹਿਣਾ ਚਾਹੁੰਦੇ ਨੇ। ਮਿੰਟ 30 ਦੇਵਾਂਗਾ, 30 ਸੈਕਿੰਡ ਤੋਂ ਵੱਧ ਨਹੀਂ ਦੇਵਾਂਗਾ ਜੀ, ਪਲੀਜ਼। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਬੱਡੀ ਸਾਹਿਬ ਕਿਸ ਲਈ, ਇੱਕ ਤਾਂ ਇਹ ਪੁੱਛਣਾ ਵੀ ਜਿਹੜਾ
ਅੰਮ੍ਰਿਤਪਾਲ ਦੀ ਭਗੌੜਾ ਦੀ ਗੱਲ ਕਰਦੇ ਵੀ ਕੀ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਸੋਰਸ ਹੈਗਾ ਪਹਿਲਾਂ ਵਾਕਈ ਵੀ ਉਹ ਵਾਕਈ ਕਿਤੇ ਲਾਂਭੇ ਹੋ ਗਿਆ ਆ ਕਿਉਂਕਿ ਚਾਵਲਾ ਜੀ ਤੁਹਾਡੇ ਵਟਸਐਪ ਤੇ ਇੱਕ ਵੀਡੀਓ ਭੇਜੀ ਆ ਉਹ ਕਲਿੱਪ ਤੁਸੀਂ ਦੇਖ ਕੇ ਧਿਆਨ ਨਾਲ ਥੋੜਾ ਐਨਾਲਾਈਜ਼ ਕਰ ਲਿਓ ਸ਼ੱਕ ਦੀ गिरफ्तार किया दो राव की रह जा चलो जो मर्जी सानू असी नहीं कह सकते झूठ बोल सकते सच बोलते जो स्टेटमेंट दे रहे ने मीडिया नू दूजी गल सर जो कुछ अज हो रहा है ना अपना सॉरी टू से पहला विरोध इसी गल का ही सब गल अमृत छकाउण की या नशा खिलाफ प्रचार करने की नहीं सी जिहड़ा धर्म प्रभाषण या खालसा दे सी जां अपने जी मर्जी वड़िया की फौज बनानी आ केंद्र नाल टक्कर लैनी आ खंडे बाटे दी अमृत दी गल कीती आ हुण अमृतधारी नौजवान ना चके जान दुआ ए करो थैंक यू अगली कॉल लै लैने जी हैलो हैलो सत श्री अकाल जी सत श्री अकाल सत श्री अकाल जी इहदा ना मैं पुलिस दा फेलियर तां मेरा ख्याल नहीं मानदा भगवंत मान दा फेलियर है क्योंकि इह जदों दी सरकार आई है ते इह जानी मेरा हिसाब नाल सब तो जे कह दिए माड़ा लफ जी बोल सकते हैं सब तो माड़ी गवर्नमेंट आई है किन्ना कुछ हो गया जद दी सरकार आई है ते एक बंदे नूं फड़न लई इन्नी फोर्स लाउणी पैगी और जिहदे को कोई वैपन भी है नहीं बारह बोर की होंदी है बारह बोर ना बंदा नहीं मरदा बंदा जिवें पट्टी साहब ने कहा कि अपने इलाके दी गलियां दा ही वाकिफ हुंदे आ हां जी नाले इक होर कहना सी मैं तां अपने पिंड भी देखिया जदों पुलिस दबदी आ तां रात नूं सुत्ते पैण नूं दबदी आ बैन कर दिती कही जांदी अगला कोठे ते लोकी बनाई थले नहीं बनाई बिलकुल बिलकुल हांजी 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 कोठे तो गल्लां करदे विखाई जांदे भी ओ फलानी कार दे विच अमृतपाल आ सोर्स दे कहिंदे सानू नहीं पता सच्चे के झूठे आ जो हुण तक रौला पै रिहा भी अमृतपाल नूं शाहकोट तों सी स्टाफ जलंधर लिया गया उस तों पता नहीं बाद कित्थे लैके गया लेकिन पुलिस कह रही असीं गिरफ्तार नहीं कीता उह भज गया लेकिन चावला साहब एक गल किसे दे संग थले उतर दी नहीं पुलिस लैके कई बार जांदी वीडियो जिहड़ी आ चल रही है ओहदे विच भी अमृतधारी बंदे नूं मुड़ के फड़ लिया जांदा जे फड़ लिया जांदा जे भज्जिया भी आ ते अमृतपाल भज्जिया ते क्यों भज्जिया ਜਿਹੜਾ ਸ਼ਰੇਆਮ ਕਹਿੰਦਾ ਸੀ ਕਿ ਮੇਰੇ ਹਿੱਕ ਚ ਆ ਕੇ ਗੋਲੀ ਮਾਰੋ ਮਤਲਬ ਬਿਆਨਾਂ ਤੋਂ ਮਤਲਬ ਜਿਹੜੇ ਉਹਦੇ ਬਿਆਨ ਨੇ ਜੇ ਆਪਾਂ ਐਨਾਲਿਸਿਸ ਕਰੀਏ ਵੀ ਉਹਨੂੰ ਡਰਪੋਕ ਤੇ ਬੜਾ ਹੀ ਛੋਟੇ ਦਿਲ ਵਾਲਾ ਤੇ ਇੰਜ ਕਹਿ ਲਓ ਕਿ ਉਸ ਤਰ੍ਹਾਂ ਦਾ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਫਿਲਹਾਲ ਜਿਹੜੇ ਲੋਕਾਂ ਦਾ ਸੋਸ਼ਲ ਨੈਟਵਰਕ ਮੀਡੀਆ ਤੇ ਰੁਝਾਨ ਆਪਾਂ ਅਗਲੀ ਕਾਲ ਲੈ ਲੈਂਦੇ ਦੇਖਦੇ ਹਾਂ ਕਾਲਰ ਕੀ ਕਹਿਣਾ ਚਾਹੁੰਦੇ ਆ ਵੈਲਕਮ ਜੀ अपने आप निर्दोष दस्या जिहड़ा पिछे गुरु ग्रंथ साहिब दी होई सी मेरा उस च कोई हत्थ नहीं ना मैं कर सकदा ना मैं सोच सकदा मेरा सवाल यह है भी देखो चार इंस्टीट्यूशन है सिख कौम दियां पहले नंबर से अकाल तख्त नंबर दो श्रोमणी अकाली दल नंबर तीन से श्रोमणी अकाली दल का प्रधान नंबर तीन से जोड़ा साडा पोलीटिकल विंग है जिन्होंने श्रोमणी अकाली दल बादल बनाया हो इन्हें चार इंस्टीट्यूशन का घाण किने किया जे इन्होंने घाण किया तो फिर कोई कसूर के कौन जिम्मेवार है मेहरबानी वैसे विक साहब लैटर लैटर ना एक मिनट लैटर जिहड़ा आ वो अमन जी ने पढ़ के सुनाया तुहानू
ਪ੍ਰੋਗਰਾਮ ਦੇ ਕਿਉਂਕਿ ਨਹੀਂ 4 ਘੰਟੇ ਦਾ ਸ਼ੋਅ ਹੁੰਦਾ ਨਾ ਜੀ ਤੇ ਸੈਗਮੈਂਟਾਂ 1 ਬਾਏ 1 ਸੀ 8 ਵਜੇ ਸ਼ੁਰੂ ਹੋ ਜਾਂਦੇ ਆ ਤੇ ਸਾਰੀਆਂ ਸੈਗਮੈਂਟਾਂ ਮੈਂ ਸੁਣਾਤੀਆਂ ਨੇ ਫਲਾਣੀ ਫਲਾਣੀ ਅਖਬਾਰ ਨੇ ਅੰਮ੍ਰਿਤਪਾਲ ਵਾਲੇ ਕੀ ਲਿਖਿਆ ਬੀਬੀਸੀ ਨੇ ਕੀ ਲਿਖਿਆ ਨਵਾਂ ਜ਼ਮਾਨਾ ਨੇ ਕੀ ਲਿਖਿਆ ਜੱਗ ਬਾਣੀ ਕੀ ਲਿਖਦਾ ਔਰ ਬਾਬਾ ਮਤਲਬ ਖਬਰਾਂ ਹੀ ਖਬਰਾਂ ਹੁੰਦੀਆਂ ਨੇ ਤੇ ਉਹ ਆਰਟੀਕਲ ਜਿਹੜੀ ਦੁਬਾਰਾ ਸਾਡਾ ਪ੍ਰੋਗਰਾਮ ਰਿਪੀਟ ਹੋਣਾ ਉਹ ਲੈਟਰ ਜਿਹੜਾ ਅਮਨ ਜੀ ਨੇ ਰਿਕਾਰਡ ਕਰਕੇ ਭੇਜਿਆ ਦੁਬਾਰਾ ਵੀ ਤੁਹਾਨੂੰ ਸੁਣਾ ਦੇਵਾਂਗੇ ਪਰ ਫਿਰ ਵੀ ਪ੍ਰਤੀਕਰਮ ਭੱਟੀ ਜੀ ਦਾ ਲੈ ਲੈਣੇ ਆ ਹਾਂਜੀ ਭੱਟੀ ਸਾਹਿਬ ਜਿੰਨੀਆਂ ਮਰਜ਼ੀ ਲੈਟਰਾਂ ਲਿਖ ਕੇ ਹੁਣ ਨਿਰਦੋਸ਼ ਦੀ ਮਾਮਲਾ ਹੁਣ ਅਦਾਲਤ ਦੇ ਕੋਲੇ ਆ ਫੈਸਲਾ ਅਦਾਲਤ ਕਰੇਗੀ ਨਿਰਦੋਸ਼ ਕੇ ਦੋਸ਼ੀ ਨੇ ਹੁਣ ਅਦਾਲਤ ਚ ਮਾਮਲਾ ਚੱਲਾ 23 ਮਾਰਚ ਨੂੰ ਅਦਾਲਤ ਚ ਹੋਣਾ ਪਵੇਗਾ ਪੇਸ਼ ਬਿਲਕੁਲ 23 ਮਾਰਚ ਨੂੰ ਅਦਾਲਤ ਦੋਵਾਂ ਪਿਵਤਾਂ ਨੂੰ ਪੇਸ਼ ਹੋਣਾ ਪਊਗਾ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਐਪਲੀਕੇਸ਼ਨ ਹਾਈਕੋਰਟ ਦਿੱਤੀ ਸੀ ਉਹਦੇ ਤੇ ਸ਼ਾਇਦ ਅੱਜ ਸੁਣਵਾਈ ਹੋਵੇ ਜੀ ਜੇ ਅੱਜ ਉਹਦੇ ਤੇ ਸੁਣਵਾਈ ਹੁੰਦੀ ਆ ਹਾਈਕੋਰਟ ਕੀ ਕਰਦੀ ਆ ਫੈਸਲਾ ਰਾਖਵਾਂ ਰੱਖਦੀ ਆ ਅਗਲੀ ਡੇਟ ਪਾਉਂਦੀ ਹੈ ਇਹਦੀ ਪਤਾ ਲੇਕਿਨ 23 ਤਰੀਕ ਨੂੰ ਇਹਨਾਂ ਨੂੰ ਅਦਾਲਤ ਚ ਪੇਸ਼ ਹੋਣਾ ਪਊਗਾ ਜੇ ਨਹੀਂ ਹੁੰਦੇ ਤੇ ਫਿਰ ਗੈਰ ਜ਼ਮਾਨਤੀ ਵਾਰੰਟ ਨਿਕਲਣਾ ਫਿਰ ਪੁਲਿਸ ਫੜ ਕੇ ਪੇਸ਼ ਕਰੇਗੀ ਜਿਵੇਂ ਇਮਰਾਨ ਖਾਨ ਨੂੰ ਫੜਨ ਨੂੰ ਫਿਰਦੀ ਆ ਬਿਲਕੁਲ ਬਿਲਕੁਲ ਅੱਛਾ ਪੱਟੀ ਸਾਹਿਬ ਇੱਕ ਤੁਸੀਂ ਜਿੰਨੀਆਂ ਇੱਕ ਇਹਨਾਂ ਇੱਕ ਬੜਾ ਸੋਚਣ ਲਈ ਮਜਬੂਰ ਕਰਦਾ ਸਾਡਾ ਕਾਨੂੰਨ ਸਤਿਕਾਰਯੋਗ ਆ ਮਾਨਯੋਗ ਕਾਨੂੰਨ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਰਾਇਤ ਮਿਲ ਗਈ ਬਜ਼ੁਰਗ ਨੇ ਬਲਾ 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 ਪਰ ਇਸੇ ਬਜ਼ੁਰਗ ਨੂੰ ਜੇਕਰ ਚੋਣਾਂ ਅੱਜ ਹੋ ਜਾਣ ਤੇ ਜੇਕਰ ਇਹਨਾਂ ਨੂੰ MLA ਖੜੇ ਕਰ ਦੋ MP ਖੜੇ ਕਰ ਦੋ ਫੇਰ ਖੜੇ ਹੋ ਜਾਣਾ ਇਹਨਾਂ ਨੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਇੱਕ ਵਾਰੀ ਮੁੱਖ ਮੰਤਰੀ ਹੋ ਬਣਾ ਦਿਓ ਮੈਂ 92 ਸਾਲ ਦਾ ਮੈਂ 29 ਸਾਲ ਦਾ ਬਣ ਕੇ ਵਿਖਾਊ ਤੁਹਾਨੂੰ ਹਾਂ 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 ਦੁਆ ਅੱਗੇ ਲਾ ਦਿਓ ਜੀ 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 ਦੁਆ ਅੱਗੇ ਲਾ ਦਿਓ ਚਲੋ ਫਿਰ ਭਾਈ ਅੰਮ੍ਰਿਤਪਾਲ ਹੁਣਾਂ ਦੀ ਜਿਹੜੀ ਗੱਲ ਹੈ ਉੱਤੇ ਆਪਾਂ ਦੁਬਾਰਾ ਆਵਾਂਗੇ ਅੰਮ੍ਰਿਤਪਾਲ ਹੁਣਾਂ ਦੇ ਚਾਚਾ ਜੀ ਸਰਦਾਰ ਹਰਜੀਤ ਸਿੰਘ 5 ਸਾਥੀਆਂ 'ਤੇ ਲਗਾਈ ਹੈ NSA 1 ਸਾਲ ਤੱਕ ਰੱਖਿਆ ਜਾ ਸਕਦਾ ਤੁਸੀਂ ਕਿਹਾ ਜੇਲ੍ਹ ਦੇ ਵਿੱਚ 114 ਵਿਅਕਤੀ ਗ੍ਰਿਫਤਾਰ ਕਰ ਲਏ ਨੇ ਕੀ ਕਹਿਣਾ ਚਾਹੋਗੇ ਵੇਖੋ ਜੀ ਇਹ ਕਹਿੰਦੇ 114 ਵਿਅਕਤੀ ਗ੍ਰਿਫਤਾਰ ਕੀਤੇ ਆ ਲੇਕਿਨ ਜਿਹੜੇ ਕਹਿੰਦੇ ਗ੍ਰਿਫਤਾਰ ਉਹ ਕਹਿੰਦੇ 114 ਨਹੀਂ ਇਹ ਸਮਝੋ ਤੁਸੀਂ 228 ਕੀਤੇ ਅੱਛਾ ਕੋਈ ਵੈਸੇ ਪੁੱਛ ਪੜਤਾਲ ਰੱਖੀ ਉਹਨੇ ਕੈਟਾਗਰੀ ਬਣਾਉਂਦੇ ਆ ਵੀ ਇਹ ਕੈਟਾਗਰੀ ਕੀ ਜਿਹੜੇ ਬੰਦੇ ਤੇ ਬਿਲਕੁਲ ਨਾਲ ਰਹੇ ਨੇ ਹਥਿਆਰ ਲੈ ਕੇ ਰਹੇ ਤੇ ਉਹ ਵੱਖਰੀ ਕੈਟਾਗਰੀ ਆ ਜਿਹੜੇ ਉੱਥੇ ਆਉਂਦੇ ਜਾਂਦੇ ਰਹੇ ਨੇ ਉਹ ਵੱਖਰੀ ਕੈਟਾਗਰੀ ਆ ਤੇ ਜਿਹੜੇ ਸਿਰਫ ਵੈਸੇ ਸਪੋਰਟਰ ਨੇ ਕਿਸੇ ਨੇ 10 ਰੁਪਏ ਦਿੱਤੇ ਕਿਸੇ ਨੇ 20 ਰੁਪਏ ਦਿੱਤੇ ਕਿਸੇ 100 ਰੁਪਏ ਦਿੱਤਾ ਕਿਸੇ 1000 ਰੁਪਏ ਦਿੱਤਾ ਉਹਦੀ ਕੈਟਾਗਰੀ ਵੱਖਰੀ ਜੇ ਹਿਸਾਬ ਨਾਲ ਇਹ ਚੱਲੇ ਤੇ ਮੈਨੂੰ ਨੀ ਪਤਾ ਵੀ ਪੰਜਾਬ ਦਾ ਕੋਈ ਨੌਜਵਾਨ ਬਚੂਗਾ ਇਹਨਾਂ ਦੇ ਟਾਰਗੇਟ ਦੇ ਉੱਤੇ ਇਸ ਹਿਸਾਬ ਨਾਲ ਹਰ ਬੰਦੇ ਦਾ ਕਿਤੇ ਨਾ ਕਿਤੇ ਥੋੜਾ ਬਹੁਤਾ ਨੌਜਵਾਨ ਇਹਦੇ ਵੀਡੀਓ ਕੱਢਣਗੇ ਕਿੰਨਾ ਨੇ ਫੁੱਲਾਂ ਦੀ ਵਰਖਾ ਕੀਤੀ ਤੇ ਕਿਹੜੇ ਅੱਗੇ ਹੱਥ ਜੋੜ ਕੇ ਖਲੋਤੇ ਆ ਫਿਰ ਬਿਲਕੁਲ 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 ਜੇ ਉਸ ਤਰੀਕੇ ਨਾਲ ਚੱਲ ਪਏ ਤੇ ਫਿਰ ਪੰਜਾਬ ਦੇ ਜਿਹੜੇ ਹਾਲਾਤ ਜਾਣ ਬੁੱਝ ਕੇ ਖਰਾਬ ਕੀਤੇ ਜੇ ਫਿਰ ਕਹਿੰਦਾ ਵੀ ਜਿਹੜੀ ਮੋਦੀ ਸਾਹਿਬ ਨੂੰ ਮਾਫ਼ੀ ਮੰਗਣੀ ਪਈ ਹੈ ਨਾ ਕਾਨੂੰਨਾਂ ਦੇ ਉੱਤੇ ਕਾਨੂੰਨ ਵਾਪਸ ਲੈਣਗੇ ਉਹ ਹਜ਼ਮ ਨਹੀਂ ਹੋ ਰਹੀ ਮਾਫ਼ੀ ਅੱਛਾ ਬੰਦੀ ਸਿੰਘਾਂ ਦੀ ਰਿਹਾਈ ਤੇ ਦਾ ਅੰਮ੍ਰਿਤਪਾਲ ਦੀ ਫੜੋ ਫੜਾਈ ਤੇ ਅਸਰ ਪੈ ਸਕਦਾ ਇੱਕ ਜਿਹੜੇ ਬੰਦੇ ਫੜੇ ਨੇ ਉਹਨਾਂ ਦੀ ਸਟੇਟਮੈਂਟ ਲਈ ਜਾਂਦੀ ਉਹਨਾਂ ਨੂੰ ਕੈਮਰੇ ਦੇ ਸਾਹਮਣੇ ਖੜਾ ਕਰਕੇ ਉਹਨਾਂ ਦੀ ਫੋਟੋ ਖਿੱਚੀ ਜਾਂਦੀ ਉਹਨਾਂ ਦੇ ਬਿਆਨ ਲਏ ਨੇ ਵੀ ਤੂੰ ਕੌਣ ਆ ਤੇਰਾ ਨਾਂ ਕੀ ਉਹ ਦੱਸ ਰਹੇ ਨੇ ਇੱਕ ਕਹਿੰਦਾ ਕਿ ਮੈਂ ਫਲਾਣਾ ਵਾਂ ਤੇ ਮੈਂ ਨਸ਼ਾ ਛੱਡਣ ਆਇਆ ਸੀਗਾ ਉਹਨੂੰ ਵੀ ਫੜਿਆ ਔਰ ਇਹ ਵੀ ਪਤਾ ਲੱਗਾ ਕਿ ਅੰਮ੍ਰਿਤਪਾਲ ਦੀ ਉਸ ਨਸ਼ਾ ਛਡਾਊ ਕੇਂਦਰ ਵਿੱਚ 60 ਪੀੜਤ ਛੱਡ ਕੇ ਚਲ ਗਏ ਨੇ ਘਰਾਂ ਨੂੰ ਨਸ਼ਾ ਜਿਹੜਾ ਛੱਡਣ ਆਏ ਸੀ ਬਿਲਕੁਲ ਜੀ ਜਿਹੜੇ 60 ਵਿਅਕਤੀ ਨਸ਼ਾ ਛੱਡਣ ਵਾਸਤੇ ਆਏ ਸੀ ਉਹਨਾਂ ਤੇ ਇਹ ਵੀ ਦੋਸ਼ ਲਾਇਆ ਸੀ ਕਿ ਉਹਨਾਂ ਨੂੰ ਨਸ਼ਾ ਦਿੱਤਾ ਜਾਂਦਾ ਉੱਥੇ ਅੱਛਾ ਜਿਹੜੇ ਵੋਟ ਕੇਂਦਰ ਖੋਲੇ ਨੇ ਸਰਕਾਰ ਨੇ ਉੱਥੇ ਕੀ ਕੀਤਾ ਜਾਂਦਾ ਵਾ ਵੋਟ ਕੇਂਦਰਾਂ ਦੇ ਵਿੱਚ ਜਿਹੜੇ ਨਸ਼ਈ ਨੇ ਉਹ ਗੋਲੀ ਲੈਣ ਵਾਸਤੇ ਆਉਂਦੇ ਨੇ ਜੇ ਹਫ਼ਤੇ ਦੀਆਂ 7 ਗੋਲੀਆਂ ਦੀਆਂ ਦੂਜੀ ਵਾਰੀ 5 ਦਿੱਤੀਆਂ ਜਾਂ ਚੌਥੀ ਵਾਰੀ 4 ਦਿੱਤੀਆਂ ਜਾਂਦੀਆਂ ਲੇਕਿਨ ਸਾਡੇ ਸੈਂਟਰ ਇੱਦਾਂ ਦੇ ਹੀ ਆ ਉੱਥੇ ਵੀ ਜੇ ਗੋਲੀਆਂ ਲੈਣੀਆਂ ਤੇ ਰੁਪਈਆ 100 ਵੱਖਰਾ ਕਲਰਕ ਨੂੰ ਦੇ ਦਿਓ ਕਹਿੰਦਾ 7 ਹੀ ਲੈ ਜਾ ਕੋਈ ਗੱਲ ਨਹੀਂ ਇਹਦੇ ਵਿੱਚ ਵੀ ਇਹਨਾਂ ਦੇ ਫਾਦਰ ਨੇ ਇੰਨੀ ਗੱਲ ਕਹੀ ਆ ਬਕਾਇਦਾ ਤੌਰ ਤੇ ਅੰਮ੍ਰਿਤਪਾਲ ਲਈ ਵੀ ਤੁਹਾਡੀ ਗੱਲ ਠੀਕ ਆ ਜਿਹੜਾ ਬੰਦਾ ਨਸ਼ਾ ਕਰਦਾ ਸਾਡੇ ਕੋਲ ਆਇਆ ਉਹਨੂੰ ਅਸੀਂ 1 ਅੱਧੀ ਗੋਲੀ ਦਿੰਦੇ ਹਾਂ ਵੀ ਠੀਕ ਠਾਕ ਰਵੇ ਇੱਥੇ ਮੁੜ ਕੇ 1 ਦੇ ਕੇ 2 ਦਿਨ ਬਾਅਦ 1 3 ਦਿਨ ਵਿੱਚ 4 ਦਿਨ ਬਾਅਦ ਇੱਕ ਵੀ ਭਾਈ ਚੌਥੇ ਦਿਨ ਹੀ ਭਾਈ ਕਹਿੰਦੇ ਭਾਈ ਹੁਣ ਤੈਨੂੰ ਗੋਲੀ ਨਹੀਂ ਮਿਲਣੀ ਹੁਣ ਤੈਨੂੰ ਉੱਦਾਂ ਗੁਜ਼ਾਰਾ ਕਰਨਾ ਪਊਗਾ ਇੱਥੇ ਰਹਿਣਾ ਪਊਗਾ ਤੇਰਾ ਇਲਾਜ ਹੋਊਗਾ ਡਾਕਟਰ ਤੈਨੂੰ ਚੈੱਕ ਕਰਨਗੇ
ਹੁਣ ਉਹਦੇ ਵਿੱਚ 60 ਬੰਦੇ ਸੀਗੇ, 60 ਨੌਜਵਾਨ ਆਏ ਸੀ ਦਸ਼ਾ ਛੁਡਾਉਣ ਵਾਸਤੇ, ਜਦੋਂ ਹੁਣ ਬਜਾਈ ਉੱਥੇ ਕੁਛ ਨਹੀਂ ਰਹਿ ਕੇ ਘਰਾਂ, ਉੱਥੇ ਕੀ ਸੀ, ਕਿਹਨੇ ਸੇਵਾ ਸੰਭਾਲ ਕਰ ਇਹਨਾਂ ਦੀ, ਉਹ ਆਪਣੇ ਘਰਾਂ ਨੂੰ ਚਲੇ ਗਏ ਨੇ। ਤੇ ਸਰਕਾਰ ਕਹਿੰਦੀ ਆ ਵੀ ਜਿਹੜਾ ਇਹਨਾਂ ਨਸ਼ਾ ਕਲਾਊ ਕੇਂਦਰ ਖੋਲਿਆ ਸੀ ਉਹ ਵੀ ਨਜਾਇਜ਼ ਖੋਲਿਆ ਸੀਗਾ, ਜੇ ਨਜਾਇਜ਼ ਖੋਲਿਆ ਤੇ ਇੱਕ ਕੇਸ ਇਹਨਾਂ ਤੇ ਹੋਰ ਦਰਜ ਹੋਊਗਾ। ਅੱਛਾ ਜੀ, 6 ਕੇਸ ਹੁਣ ਤੱਕ ਦਰਜ ਕਰ ਚੁੱਕੇ ਨੇ ਇਹਨਾਂ ਦੇ ਉੱਤੇ, 6 ਕੇਸ ਇੱਕ ਨੇ। ਨਸ਼ਾ ਛੁਡਾਊ ਕੇਂਦਰ ਦੇ ਉੱਤੇ ਵੀ ਹੋਊਗਾ ਕਿ ਤੁਸੀਂ ਮਤਲਬ ਨਸ਼ਾ ਛੁਡਾਉਂਦੇ ਸੀਗੇ? ਜੀ ਜੀ। ਚਲੋ, ਉਹਦੇ ਲਈ ਸਰਟੀਫਿਕੇਸ਼ਨ, ਉਹਦੇ ਲਈ ਸਰਟੀਫਿਕੇਸ਼ਨ ਪੇਪਰ ਵਰਕ ਕਰ ਲੈਣਾ ਚਾਹੀਦਾ ਸੀ ਇਹਨਾਂ ਨੂੰ, ਜੇ ਕਾਨੂੰਨ ਇਹ ਮੰਨ ਕਰਦਾ। ਅੱਛਾ, ਦਿੱਲੀ ਵਿੱਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਗਰਜੇ, ਮੈਂ ਇੱਕ ਵਾਰ ਨਾ ਸਮਾਂ ਥੋੜ੍ਹਾ ਕੱਲ੍ਹ ਨੂੰ ਸੁਣਾਊਂਗਾ ਤੁਹਾਨੂੰ 1984 ਦੇ ਦਰਬਾਰ ਸਾਹਿਬ ਦੇ ਵਿੱਚੋਂ ਕੀ ਕੁਝ ਮਿਲਿਆ। ਅਤੇ ਬਾਹਰਲੇ ਸੂਬਿਆਂ ਦੇ ਵਿੱਚ ਜਦੋਂ ਤੁਸੀਂ ਕਿਸੇ ਬਾਹਰਲੇ ਸੂਬੇ ਵਾਲੇ ਬੰਦੇ ਨੂੰ ਮਿਲਦੇ ਆ ਨਾ, ਉਹ ਕਹਿੰਦੇ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਅਖਬਾਰਾਂ 'ਤੇ, ਆ ਆ ਆ ਆ ਆ ਤੁਹਾਡੀ ਕੌਮ ਨੂੰ ਬਦਨਾਮ ਕਰਨ ਵਾਸਤੇ ਕਈ ਕੁਝ ਬਾਹਰ ਪਾਪੜ ਵੇਲੇ ਗਏ। ਨਫ਼ਰਤ ਐਵੇਂ ਨਹੀਂ ਪੈਦਾ ਹੁੰਦੀ, ਬੜਾ ਕੋਈ ਕਰਨਾ ਪੈਂਦਾ। ਦਿੱਲੀ ਵਿੱਚ ਗਰਜੇ ਨੇ, ਦੁਬਾਰਾ ਕੀ ਕਹਿਣਾ ਚਾਹੋਗੇ? ਕਿਸਾਨਾਂ ਦੀ ਮਹਾਂਪੰਚਾਇਤ ਹੋਈ ਹੈ ਜੀ, ਕੱਲ੍ਹ ਪਹਿਲਾਂ ਹੀ ਅਨਾਊਂਸ ਕੀਤਾ ਸੀ ਉਹਨਾਂ ਕਿ ਅਸੀਂ ਮਹਾਂਪੰਚਾਇਤ ਕਰਾਂਗੇ ਜੀ। ਉਹਦੇ ਵਿੱਚ ਉਹਨਾਂ ਨੇ 4-5 ਮੁੱਦੇ ਲਏ ਸੀ, ਜਿਹਨਾਂ ਦੇ ਵਿੱਚੋਂ ਪਹਿਲਾ ਮੁੱਦਾ MSP ਵਾਲਾ ਸੀ ਇਹਨਾਂ ਦਾ, ਦੂਸਰਾ ਮੁੱਦਾ ਕਿਸਾਨਾਂ ਦੇ ਖਿਲਾਫ਼ ਜਿਹੜੇ ਮੁਕੱਦਮੇ ਦਰਜ ਕੀਤੇ ਆ ਉਹ ਵਾਪਸ ਲੈਂਦਾ ਸੀਗਾ, ਤੀਜਾ ਮੁੱਦਾ ਇਹਨਾਂ ਦਾ ਇਹ ਸੀਗਾ ਵੀ ਜਿਹੜੇ ਕਿਸਾਨ ਉੱਥੇ ਮਾਰੇ ਗਏ ਨੇ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਕੀਤੀ ਗਈ ਸੀ, ਚੌਥਾ ਮੁੱਦਾ ਇਹਨਾਂ ਦਾ ਇਹ ਸੀ ਵੀ ਕਿਸਾਨਾਂ ਦੇ ਉੱਤੇ CBI ਦੇ ਰੇਡ ਕਿਉਂ ਕੀਤੇ ਜਾ ਰਹੇ ਆ। ਜੇ ਕਿਸੇ ਕਿਸਾਨ ਨੇ ਆਪਣੀ ਸਮਰਥਾ ਮੁਤਾਬਕ ਕੋਈ ਪੰਪ ਪੈਟਰੋਲ ਪੰਪ ਲਾ ਲਿਆ ਬੈਂਕ ਕੋਲੋਂ ਕਰਜ਼ਾ ਲੈ ਕੇ, ਤੁਹਾਨੂੰ ਕੀ ਓਬਜੈਕਸ਼ਨ ਦੱਸੇ ਚਾਵਲਾ ਸਾਹਿਬ? 1977 ਦੀ ਗੱਲ ਆ, ਗੁਰਦਾਸਪੁਰ ਦੇ ਵਿੱਚ ਇੱਕ ਮਿੰਨੀ ਯੂਨੀਵਰਸਿਟੀ ਐਗਰੀਕਲਚਰ, ਉੱਥੇ ਮੈਂ ਗਿਆ ਸੀ ਫੰਕਸ਼ਨ ਦੇ ਵਿੱਚ, ਉੱਥੋਂ ਦੇ DC ਸੀ, ਹਿੰਦੂ ਜੈਂਟਲਮੈਨ ਸੀ, ਨਾਮ ਨੂੰ ਭੁੱਲ ਗਿਆ ਉਹਦਾ, ਉਹਨੇ ਕਿਹਾ ਜੱਟੋ ਤੁਹਾਨੂੰ ਅਸੀਂ ਹੁਣ ਜੱਟ ਬੂਟ ਨਹੀਂ ਰਹਿਣ ਦੇਣਾ, ਤੁਹਾਨੂੰ ਕਮਰਸ਼ੀਅਲਜ ਕਰਨਾ ਜੇ ਅਸੀਂ। ਵਾਕਿਆ ਕਮਰਸ਼ੀਅਲਜ ਕੀਤਾ, ਜੱਟ ਆੜ੍ਹਤੀਏ ਬਣ ਗਏ, ਜੱਟ ਡੇਅਰੀਆਂ ਦੇ ਮਾਲਕ ਬਣ ਗਏ, ਜੱਟ ਪੈਟਰੋਲ ਪੰਪ ਦੇ ਮਾਲਕ ਬਣ ਗਏ। ਜੇ ਉਦੋਂ ਸਰਕਾਰ ਦੀ ਪਾਲਿਸੀ ਇਹ ਸੀ ਵੀ ਜੱਟਾਂ ਨੂੰ ਕਮਰਸ਼ੀਅਲ ਕਰਨਾ, ਤੇ ਅੱਜ ਉਹਨਾਂ ਜੱਟ ਨੂੰ ਉਜਾੜਨ ਤੇ ਸਰਕਾਰ ਆ ਗਈ ਜੀ। ਇਸ ਕਰਕੇ ਟਕੈਤ ਨੇ ਇੱਕ ਜਦੋਂ ਨੇ ਰੌਲਾ ਪਾਇਆ ਉੱਥੇ, ਤੇ ਫਿਰ ਉੱਥੇ ਮੰਤਰੀ ਆ ਗਿਆ, ਆਪ ਖੇਤੀਬਾੜੀ ਮੰਤਰੀ ਆਪ ਆਇਆ, ਦੱਸੋ ਕੀ ਕਹਿਣਾ ਚਾਹੁੰਦੇ ਤੁਸੀਂ? ਤੇ ਟਕੈਤ ਹੋਈ, ਕਹਿੰਦੇ ਫਿਰ ਸਾਡੀ ਉਹਨੇ ਗੱਲਬਾਤ ਹੋਈ ਆ ਬਕਾਇਦ ਤੌਰ ਤੇ, ਤੇ ਕਹਿੰਦੇ ਟਕੈਤ ਸਾਹਿਬ ਆਉਂਦੇ ਜਾਂਦੇ ਰਿਹਾ ਕਰੋ ਏਦਾਂ ਤੁਸੀਂ, ਕਹਿੰਦੇ ਜਰੂਰ ਮਿਲਦੇ ਰਹਾਂਗੇ, ਏਦਾਂ ਇਹ ਤਾਂ ਮਿਲਦੇ ਰਹਾਂਗੇ ਤੁਹਾਨੂੰ, ਅਸੀਂ ਤੀਹ ਨੂੰ ਫਿਰ ਮੀਟਰ ਕਰਕੇ 30 ਅਪ੍ਰੈਲ ਨੂੰ ਇੱਥੇ ਫਿਰ ਲਾਂਗੇ ਤੁਹਾਨੂੰ, ਅਸੀਂ ਕੋਈ ਗੱਲ ਨਹੀਂ। ਥੈਂਕ ਯੂ, ਸਭ ਤੋਂ ਵੱਡੀ ਗੱਲ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਜੀ। ਸਾਡਾ ਸਮਾਂ ਸਮਾਪਤੀ ਵਾਲੇ ਪਾਸੇ ਨੂੰ, ਗੱਲਾਂ ਬਹੁਤ ਪਿਆਰੀਆਂ ਹੁੰਦੀਆਂ ਨੇ ਤੁਹਾਡੀਆਂ, ਬੜੀਆਂ ਕੀਮਤੀ ਪਾਏਦਾਰ ਹੁੰਦੀਆਂ ਨੇ। ਅਗੇਨ ਦੋਸਤੋ, ਅਸੀਂ ਦੋਨੋਂ ਵੀਰ ਰਲ ਕੇ, ਮੈਂ ਤੇ ਪੱਟੀ ਸਾਹਿਬ, ਇੱਕ ਬੇਨਤੀ ਕਰਨਾ ਚਾਹੁੰਦਾ ਨੌਜਵਾਨ ਵਰਗ ਨੂੰ, ਵੀਰੋ ਬੜਾ ਕੁਝ 25-26 ਸਾਲ ਦੇ ਵਿੱਚ ਇੱਥੇ ਵੇਖਿਆ, ਬੜੇ ਬਹਿਰੂਪੀਏ ਵੇਖੇ ਜੇ, ਸਾਡੇ ਮੂੰਹ ਤੇ ਸਾਨੂੰ ਗਾਲਾਂ ਕੱਢਣ ਵਾਲੇ ਵੀ ਵੇਖੇ ਨੇ, ਉਹਨਾਂ ਦੀਆਂ ਤਾਰਾਂ ਬੜੀਆਂ ਥਾਵਾਂ ਤੇ ਜੁੜਦੀਆਂ ਵੀ ਵੇਖੀਆਂ ਨੇ, ਹੈਗੀਆਂ ਵੀ ਨੇ। ਤੇ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕੁਛ ਨਾ ਕਰੋ, ਸ਼ਾਂਤਮਈ ਤਰੀਕੇ ਦੇ ਨਾਲ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਜ਼ਰੂਰ ਕਰੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਇੱਥੇ ਉੱਥੇ, ਪਰ ਰੱਬ ਦੇ ਵਾਸਤੇ ਕਾਨੂੰਨ ਨੂੰ ਹੱਥਾਂ 'ਚ ਨਾ ਲਓ, ਕਾਨੂੰਨ ਨੂੰ ਹੱਥਾਂ 'ਚ ਨਾ ਲਓ, ਇਹਨਾਂ ਦੀਆਂ ਤਾਰਾਂ ਕਿਤੇ ਜੁੜੀਆਂ ਨੇ, ਤੁਹਾਨੂੰ ਇਹਨਾਂ ਨੇ ਵਰਤਣਾ, ਬਲੀ ਦੇ ਬੱਕਰੇ ਨਾ ਬਣਿਓ, ਬਾਕੀ ਤੁਸੀਂ ਸਿਆਣੇ। ਕਿਉਂ ਪਾਟੀ ਸਾਹਿਬ? ਬਿਲਕੁਲ ਜੀ, ਬਿਲਕੁਲ, ਰੱਬ ਰਾਖਾ, ਸਤਿ ਸ਼ੁਕਰੀਆ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।